ਗੁਰੂ ਦੀ ਗੋਲਕ ਤਾਂ ਗਰੀਬ ਦਾ ਮੂੰਹ ਹੁੰਦੀ ਆ, ਪਰ ਫਿਰ ਜਦੋਂ ਅਸੀਂ ਦੂਜੇ ਪਾਸੇ ਗੱਲ ਕਰਦੇ ਹਾਂ ਕਿ 10 ਰੁਪਏ ਦੀ ਜਿਹੜੀ ਥਾਲੀ ਦਿੱਤੀ ਜਾਊਗੀ, ਤੇ ਉਹ ਜਿਹੜੇ 10 ਰੁਪਏ ਨੇ ਉਹ ਕਿਹੜੇ ਖਾਤੇ ਵਿੱਚ ਜਾਣਗੇ? ਉਹ ਗੁਰੂ ਘਰ ਦੇ ਉਸਾਰੀ ਦੇ ਕੰਮਾਂ ਵਿੱਚ ਜਾਣਗੇ ਕਿ ਜਾਂ ਉਹ ਵੀ ਪੰਜਾਬ ਗੌਰਮੈਂਟ ਦੀ ਖਾਤੇ ਵਿੱਚ ਜਾਣਗੇ? ਸੋ ਗੁਰੂ ਦਾ ਲੰਗਰ ਤੇ ਵੈਸੇ ਹੀ ਫ੍ਰੀ ਦਿੱਤਾ ਜਾਂਦਾ, ਗੁਰੂ ਦਾ ਲੰਗਰ ਤੇ ਸੇਵਾ ਆ, ਲੋਕੀ ਆਪਣੇ ਤਨ ਮਨ ਧਨ ਦੇ ਨਾਲ ਆਪਣੀ ਦਸਵੰਧ ਕੱਢ ਕੇ ਸੇਵਾ ਕਰਦੇ ਨੇ, ਤੇ ਬਹੁਤ ਸਾਰੇ ਭੁੱਖਿਆਂ ਨੂੰ, ਬਹੁਤ ਸਾਰੇ ਗਰੀਬਾਂ ਨੂੰ ਕਿਸੇ ਦੇ ਨਾਲ ਵਿਤਕਰਾ ਨਹੀਂ ਕੀਤਾ ਜਾਂਦਾ। ਸੋ ਹਰ ਕਿਸੇ ਨੂੰ ਜੀ ਆਇਆਂ ਕਿਹਾ ਜਾਂਦਾ ਗੁਰਦੁਆਰਾ ਸਾਹਿਬ ਦੇ ਵਿੱਚ, ਤੇ ਫਿਰ 10 ਰੁਪਏ ਦੀ ਜਿਹੜੀ ਗੁਰਦੁਆਰਾ ਸਾਹਿਬ ਤੋਂ ਲੰਗਰ ਆਊਗਾ ਤੇ ਉਹ ਥਾਲੀ 10 ਰੁਪਏ ਦੀ ਦਿੱਤੀ ਜਾਊਗੀ। ਸੋ ਸਾਂਝੀ ਰਸੋਈ ਤਾਂ ਸਰਕਾਰ ਖੋਲਣ ਜਾ ਰਹੀ ਆ, ਤੇ ਗੁਰਦੁਆਰੇ ਦੇ ਲੰਗਰ ਨੂੰ, ਗੁਰਦੁਆਰਾ ਸਾਹਿਬ ਦੇ ਲੰਗਰ ਨੂੰ 10 ਰੁਪਏ ਦਾ ਜਿਹੜਾ ਦੇਣਾ, ਤੇ ਉਹ 10 ਰੁਪਏ ਕਿੱਥੇ ਜਾਣਗੇ, ਕਿਹੜੇ ਖਾਤੇ ਦੇ ਵਿੱਚ ਜਾਣਗੇ? ਸੋ 10 ਰੁਪਏ ਵਸੂਲੇ ਜਾਣਗੇ ਲੰਗਰ ਦੇ। ਸੋ ਇਹ ਸਵਾਲ ਉੱਠਦਾ ਕਿ ਉਹ ਜਿਹੜੇ ਲੰਗਰ ਦੇ 10 ਰੁਪਏ ਨੇ ਉਹ ਗੁਰਦੁਆਰੇ ਦੇ ਕਾਰਜਾਂ ਦੇ ਵਿੱਚ ਆਉਣਗੇ ਜਾਂ ਉਹ ਗੌਰਮੈਂਟ ਦੀ ਜਾਂ ਉਹ ਸਰਕਾਰ ਦੇ ਖਾਤੇ ਦੇ ਵਿੱਚ ਜਾਣਗੇ? ਤੇ ਗੁਰੂ ਦਾ ਲੰਗਰ ਤਾਂ ਵੈਸੇ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਹਮੇਸ਼ਾ ਫ੍ਰੀ ਹੁੰਦਾ ਆ, ਹਰ ਇੱਕ ਧਰਮ ਦੇ ਹਰ ਇੱਕ ਜਾਤੀ ਦੇ ਮਨੁੱਖ ਦੇ ਲਈ ਹਮੇਸ਼ਾ ਦਰਵਾਜ਼ੇ ਖੁੱਲ੍ਹੇ ਰਹਿੰਦੇ ਨੇ ਗੁਰੂ ਘਰਾਂ ਦੇ, ਔਰ ਲੋਕੀ ਜਾਂਦੇ ਨੇ ਉੱਥੇ ਭੁੱਖੇ ਹਮੇਸ਼ਾ ਜਾ ਕੇ ਲੰਗਰ ਛਕਦੇ ਨੇ, ਗਰੀਬ ਗੁਰਬੇ ਜਿਹੜੇ ਨਹੀਂ ਅਫੋਰਡ ਕਰ ਸਕਦੇ, ਕਿਉਂਕਿ ਗਰੀਬੀ ਬਹੁਤ ਆ। ਚੰਗੀ ਗੱਲ ਆ ਜੇ ਰਸੋਈ, ਸਾਂਝੀ ਰਸੋਈ ਦੀ ਸ਼ੁਰੂਆਤ ਕੀਤੀ ਆ, ਤੇ ਕਿਉਂ ਨਹੀਂ ਸਾਂਝੀ ਰਸੋਈ ਨੂੰ ਆਪਣੇ ਬਲ ਬੂਤੇ ਤੇ ਚਲਾਇਆ ਜਾਵੇ। ਸੋ ਬਹੁਤ ਸਾਰੇ ਫਿਰੋਜ਼ਪੁਰ ਦੇ ਵਿੱਚੋਂ ਜਿਹੜੀ ਇਸ ਦੀ ਸ਼ੁਰੂਆਤ ਕੀਤੀ, ਸੋ ਵਿਵਾਦਾਂ ਦੇ ਘੇਰੇ ਵਿੱਚ ਆ ਚੁੱਕੀ ਆ ਕਿ ਉਹ 10 ਰੁਪਏ ਜਿਹੜੇ ਆ ਪਰ ਥਾਲੀ, ਇੱਕ ਥਾਲੀ 10 ਰੁਪਏ ਦੀ ਹੋਊਗੀ, ਤੇ ਉਹ ਜਿਹੜੇ ਥਾਲੀ ਦੇ 10 ਰੁਪਏ ਆ ਉਹ ਪੰਜਾਬ ਸਰਕਾਰ ਦੇ ਖਾਤੇ ਵਿੱਚ ਜਾਣਗੇ। ਸੋ ਇਹ ਗੱਲ ਥੋੜ੍ਹੀ ਜਿਹੀ ਅਜੀਬ ਲੱਗਦੀ ਆ ਕਿ ਗੁਰਦੁਆਰਾ ਸਾਹਿਬ ਤੋਂ ਲੰਗਰ, ਤੇ ਹਮੇਸ਼ਾ ਹਰ ਇੱਕ ਦੇ ਲਈ ਦਰਬਾਰ ਖੁੱਲ੍ਹਾ ਆ ਗੁਰੂ ਦਾ। ਸੋ ਉੱਥੇ ਤਾਂ ਕੋਈ ਵੀ ਗਰੀਬ ਗੁਰਬਾ ਜਾ ਕੇ ਛਕ ਸਕਦਾ ਪ੍ਰਸ਼ਾਦਾ, ਲੰਗਰ ਛਕ ਸਕਦਾ, ਤੇ ਫਿਰ ਉੱਥੋਂ ਮੁਫਤ ਦਾ ਲੰਗਰ ਲਿਆ ਕੇ 10 ਰੁਪਏ ਦੀ ਥਾਲੀ ਸਾਂਝੀ ਰਸੋਈ ਵਿੱਚੋਂ ਕਿਉਂ ਦਿੱਤੀ ਜਾਵੇ? ਤੇ ਜੇ ਸਰਕਾਰ ਚਾਹੁੰਦੀ ਆ ਸਾਂਝੀਆਂ ਰਸੋਈਆਂ ਚਲਾਉਣੀਆਂ, ਤੇ ਕਿਉਂ ਨਹੀਂ ਉਹ ਆਪਣੇ ਬਲ ਬੂਤੇ ਦੇ ਉੱਤੇ ਇਹੋ ਜਿਹੇ ਕਾਰਜ ਕਰਦੇ? ਚੰਗੀ ਗੱਲ ਆ ਕਿਸੇ ਗਰੀਬ ਨੂੰ 2 ਵਕਤ ਦੀ ਰੋਟੀ ਮਿਲਣੀ 10 ਰੁਪਏ ਦੇ ਵਿੱਚ, ਕਿਉਂਕਿ ਆਮ ਵੀ ਜੇ ਅਸੀਂ ਮਾੜੇ ਤੋਂ ਮਾੜੇ ਕਿਸੇ ਢਾਬੇ ਤੇ ਕਿਸੇ ਰੈਸਟੋਰੈਂਟ ਤੇ ਵੀ ਜਾਈਏ ਤੇ 10 ਰੁਪਏ ਦੇ ਵਿੱਚ ਚਾਹ ਦੇ ਕੱਪ ਨਾਲ 2 ਬਿਸਕਿਟ ਮਸੀ ਆਉਂਦੇ ਆ ਜੇ ਦੇਖਿਆ ਜਾਵੇ, ਜਿਹੋ ਜਿਹੇ ਹਾਲਾਤ ਨੇ ਹੁਣ ਪੰਜਾਬ ਦੇ। ਪਰ ਜੇ 10 ਰੁਪਏ ਦੇ ਵਿੱਚ ਕਿਸੇ ਨੂੰ ਥਾਲੀ ਮਿਲਦੀ ਆ, ਇੱਕ ਪੌਸ਼ਟਿਕ ਭੋਜਨ ਮਿਲਦਾ ਆ, ਇੱਕ ਵਧੀਆ ਖਾਣਾ ਮਿਲਦਾ ਆ, ਤੇ ਫਿਰ ਉਹ ਖਾਣਾ ਜੇ ਸਰਕਾਰ ਰਸੋਈਆਂ ਖੋਲ੍ਹਣੀਆਂ ਚਾਹੁੰਦੀ ਆ, ਜੇ ਸਾਂਝੀਆਂ ਰਸੋਈਆਂ ਖੋਲ੍ਹਣੀਆਂ ਚਾਹੁੰਦੇ ਨੇ, ਤੇ ਫਿਰ ਉਹ ਗੁਰਦੁਆਰਾ ਸਾਹਿਬ ਤੋਂ ਲੰਗਰ ਲਿਆ ਕੇ ਉਹਨੂੰ 10 ਰੁਪਏ ਦਾ ਵੇਚਣਾ ਕਿਉਂ ਚਾਹੁੰਦੇ ਨੇ? ਤੇ ਉਹ ਤੇ ਵੈਸੇ ਵੀ ਰਸੋਈ ਤੇ ਉਹ ਵੀ ਖੁੱਲ੍ਹੀ ਹੁੰਦੀ ਆ, ਗੁਰੂ ਦੇ ਦਰਬਾਰ ਤੇ ਹਮੇਸ਼ਾ ਖੁੱਲ੍ਹੇ ਰਹਿੰਦੇ ਆ। ਸੋ ਸਵਾਲ ਇਹ ਆ ਕਿ ਉਹ ਪੈਸਾ ਕਿੱਥੇ ਜਾਊਗਾ? ਤੁਸੀਂ ਸੋਚਦੇ ਹੋ ਕਿ ਇਹ ਜਾਇਜ਼ ਆ? ਤਪਦਾ ਸੱਚ ਯੂਟਿਊਬ ਚੈਨਲ, ਪੰਜਾਬ ਨਾਲ ਜੁੜੀ ਹਰ ਤਾਜ਼ਾ ਖਬਰ ਲਈ ਸਾਡਾ ਯੂਟਿਊਬ ਚੈਨਲ ਤਪਦਾ ਸੱਚ ਸਬਸਕ੍ਰਾਈਬ ਕਰੋ ਜੀ।